ਯੂਟਿਊਬ ਸਾਹਿਬ ਤੁਸੀਂ ਠੀਕ ਹੋ ਸੋ ਤੁਹਾਡੀ ਦੁਆ ਨਾਲ ਅਸੀਂ ਠੀਕ ਹੈ ਤੇ ਮੈਂ ਆਈ ਅੱਜ ਉਸਤਾਦ ਕਰਾਣੇ ਅੱਜ ਉਸਤਾਦ ਕੋਲ ਆਪਣੇ ਕੋਲ ਵੇਖਨੇ ਆ ਵੀ ਕੀ ਅੱਜ ਕਾਰੋਬਾਰ ਕਰ ਰਹੇ ਆ ਬੜਾ ਉਹ ਵੇਖ ਪਤੀਲੀ ਰੱਖੀ ਹੋਈ ਤੇ ਚਾਹ ਬਣਾ ਰਹੇ ਨੇ वालेकुम सलाम। एक सब खरीद। हां जी। अच्छा अच्छा माशाल्लाह। क्या देख रही है चाय? पका रहे हैं जी चाय उस्ताद और ही वे दूध कम से कम नॉर्मल ही है अल तक। हुन ये भी पता नहीं मैं मां दा अगर शायद दूध और ले आवन ते अगला दूध थोड़ा है ते इस चीज से इस्तेमाल कर दें जी ये लकड़ी जेड़ियां ने ए इस्तेमाल कर रहे ने। हां जी। हां जी। एना शायद तुसी जान दे होवोगे मज्जा कर दिया फोसिया फोसिया भी बड़ी जी थापियां थापियां छलियां छलियां तुके ने छलियां पहले साबत लगे होने इन्होंने दाने ला लेंगे मशीन फिर इस्तेमाल कर देने काफी लोग लकड़ा की जगह पर इस्तेमाल कर देने असि बना रहे हैं जी हम चाह उस्ताद के चाह बना रहे वेखनी चाह किस तरह बन गई पत्ती हूं फिर पाड़ी मेनू दियो मैं भाना किन्नी को पानी मामा जी थोड़ी सारी उस्ताद चाह सारी पा रही है सारी पा रहे आज असी भी ट्राई कर रहे हैं पत्ती मामा ड्राई करूंगा तो चाह पका के नशियां पिवावने वे तुसी याद कर दे वत किना चाह पकाई है अगर तंबाकू भी पावना है उस्ताद ओ तंबाकू वे चाह ले पाऊं एडी गाटी चाह चीनी पा रहे हैं जी पत्ती पै गई चीनी पाने हैं आग हवाई बहुत तेज है चीनी में पावी अच्छा तू मैंने इतने आग गोल बना ना ताप बना लगे डब्बे तो मैं चीनी पा ले इसा होश ना ठीक ठाक है अल्हम्दुलिल्लाह ये नवी जात सही जा रहे हैं अपना टाइम पर पास सही हो रहे हैं आज गुजारा कर रहे हैं अच्छा जी अल्लाह पाक ਜਿੰਨਾ ਕੋਲ ਘਰ ਨਹੀਂ ਮੇਰਾ ਖਾਲਿਕ ਮਾਲਕ ਇਹ ਜੀ ਇਥੇ 33 ਚੱਤ ਦਾ ਆਸ਼ਿਕ ਨੰਬਰਦਾਰ ਹੈ ਜੀ ਉਹਦੀ ਮਿਹਰਬਾਨੀ ਪੈਸਾ ਸਾਡੇ ਕੋਲ ਕੋਈ ਨਹੀਂ ਲਿਆ ਅੱਛਾ ਤੇ ਉਹ ਸਾਨੂੰ ਅਤਰਾ ਮਰ ਲੈ ਜਗਾ ਦਿੱਤੀ ਮਿਹਰਬਾਨੀ ਉਸਦੀ ਅੱਗੇ ਮਕਾਨ ਤੇ ਫਿਰ ਅਸੀਂ ਆਪਣੀ ਗੁੰਜਾਇਸ਼ ਨਾਲ ਬਣਾ ਲਾ ਜੀ ਆ ਬਾੜੇ ਬੰਦੇ ਆਏ ਆਏ ਆਪਣੀ ਮਿਹਨਤ ਮਜ਼ਦੂਰੀ ਕਰਕੇ ਮਕਾਨ ਬਣਾਇਆ ਬੂਹਾ ਲੀਲਾਵਾਂ ਨਾਲ ਆਇਆ ਅੱਲਾ ਪਾਕ ਤਾਂ ਕਰਦੇ ਸੀ ਅੱਲਾ ਦੇਵੇਗਾ ਤਾਂ ਅੱਲਾ ਦੀ ਜਾਨ ਦੇਵੇਗੀ ਤਾਂ ਫੈਮਿਲੀ ਆ ਗਈ ਜੀ ਫੈਮਿਲੀ ਆਦੀ ਕੋਈ ਨਹੀਂ ਆਈ ਕੱਲੇ ਆ ਰਹੇ ਰਹਿ ਰਹੇ ਨਹੀਂ ਬੱਚੇ ਵੰਡੇ ਗਏ ਹੋਏ ਨੇ ਜੀ ਵੈਸੇ ਅਸੀਂ ਇਕੱਠੇ ਹੀ ਅੱਛਾ ਵੀ ਇਹ ਜਿਹੜਾ ਤੇ ਮਾਹੌਲ ਹੈ ਮਾਸ਼ਾਅੱਲਾ ਅੱਛਾ ਹੈ ਕਿਸ ਤਰ੍ਹਾਂ ਦਾ ਲੜਾ ਲੂੜਾ ਨਾਲ ਤਾਂ ਕੋਈ ਬੰਦੇ ਇੱਥੇ ਨਹੀਂ ਪੜਦਾ ਬੜੇ ਅੱਛੇ ਬੰਦੇ ਨੇ ਜੀ ਜੀ ਤੇ ਬਹੁਤ ਹੀ ਅੱਛੇ ਮਾਹੌਲ ਅੱਛਾ ਹੈ ਹਾਂਜੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਨੇ ਬਹੁਤ ਬੜੀ ਗੱਲ ਹੈ ਜੀ ਇਹ ਵੀ ਬਹੁਤ ਅੱਛੀ ਗੱਲ ਹੈ ਹਾਂਜੀ ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ ਬਹੁਤ ਅੱਛੇ ਨੇ ਆਮੀਨ ਤੇ ਅੱਲਾ ਪਾਕ ਤੁਹਾਡੇ ਵੀ ਰਜ਼ਕ ਇਜ਼ਾ ਕੀ ਜਜ਼ਾ ਫਰਮਾਏ ਆਮੀਨ ਜੀ ਆਮੀਨ ਦੁਆ ਕਰਨਾ ਇਨਸ਼ਾਅੱਲਾ ਜੀ ਦੁਆ ਮੰਗੋ ਮੇਰੇ ਵਾਸਤੇ ਕਿ ਮੈਂ ਅੱਲਾ ਤਾਲਾ ਮੇਰੀ ਮੁਸੀਬਤਾਂ ਕੱਟੇ ਅੱਲਾ ਤਾਲਾ ਮੈਨੂੰ ਦੇਵੇ ਇੰਨਾ ਕੁਛ ਤੇ ਮੈਂ ਤੁਹਾਡਾ ਸਾਥ ਜ਼ਰੂਰ ਦੇਵਾਂਗੀ ਇਨਸ਼ਾਅੱਲਾ ਹਾਂਜੀ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਦਰਵਾਜ਼ਾ ਜਿਹੜਾ ਇਨਸ਼ਾਅੱਲਾ ਜੀ ਮੇਰੇ ਕੋਲ ਰੱਬ ਨੇ ਇੰਨੀ ਕੋਈ ਹਸੀਆ ਦੇ ਦਿੱਤੀ ਦਰਵਾਜ਼ਾ ਮਿਲਾ ਦੇਵਾਂ ਬੜੀ ਮਿਹਰਬਾਨੀ ਜੀ ਜਿਹੜਾ ਕਿਸੇ ਦਾ ਇਹਸਾਸ ਕਰਦਾ ਹੈ ਅੱਲਾ ਮਾਲਕ ਉਸ ਦਾ ਭਲਾ ਕਰੇ ਜੀ ਇਨਸ਼ਾਅੱਲਾ ਆਖਰਤ ਆਪਣੀ ਸਵਾਰਤਾ ਹੈ ਆਮੀਨ ਆਮੀਨ ਅੱਲਾ ਪਾਕ ਤੁਹਾਡੀ ਜੀ ਇਹ ਚਾਹ ਤੁਸੀਂ ਕਿੰਨੇ ਟਾਈਮ ਪੀਂਦੇ ਹੋ ਇੱਕ ਟਾਈਮ ਚਾਹ ਪੀਂਦੇ ਹੋ ਇਹ ਜੀ ਇੱਕ ਟਾਈਮ ਕੋਈ ਨਹੀਂ ਜਿੰਨੇ ਟਾਈਮ ਸਾਨੂੰ ਲੱਭ ਜਾਵੇ ਅਸੀਂ ਉਹਨੇ ਟਾਈਮ ਹੀ ਪੀਂਦੇ ਇਹ ਦੋ ਇਹ ਕਾਫੀ ਇਸਤੇਮਾਲ ਕਰਦੇ ਹਾਂ ਕੋਈ ਆ ਗਿਆ ਆਪਣੀ ਕਿਸਮਤ ਲੈ ਕੇ ਤੋ ਉਹਨੂੰ ਪਕਾ ਕੇ ਦੇ ਦਿੱਤੀ
ਲੱਗਦਾ ਫਿਰ ਅਸੀਂ ਰੋਜ਼ ਆ ਕੇ ਕਰੀਏ ਤੁਸੀਂ ਰੋਜ਼ ਆਓ ਬਿਸਮਿਲ੍ਲਾ ਤੁਹਾਡੀ ਕਿਸਮਤ ਮਾਲਕ ਨੇ ਦੇ ਦੇ ਇਨਸ਼ਾਅੱਲਾ ਸੇ ਜ਼ਰੂਰ ਜਦਾਂ ਇਹ ਵੀਡੀਓ ਬਣਾ ਨਿਕਲੇ ਜ਼ਰੂਰ ਉਸਤਾਦ ਜੀ ਤੁਹਾਡੇ ਕੋਲ ਚੱਕਰ ਲਾਇਆ ਕਰਾਂਗੇ ਬੜੀ ਮਿਹਰਬਾਨੀ ਮੁਲਾਕਾ ਜ਼ਰੂਰ ਕਰਾਂਗੇ ਤੁਹਾਡੇ ਨਾਲ ਮਿਲਣਾ ਜ਼ਰੂਰੀ ਹੋ ਗਿਆ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਜਦੋਂ ਚਾਹਨੇ ਅਸੀਂ ਘਰ ਚੱਲਨੇ ਲੇਟ ਹੋ ਰਹੀ ਬੜੀ ਅੱਲਾ ਪਾਕ ਦੇ ਹਵਾਲੇ ਅੱਲਾ ਪਾਕ ਤੁਹਾਨੂੰ ਖੈਰੀ ਸਲਾਮੀ ਆਮੀਨ ਆਮੀਨ ਅੱਲਾ ਪਾਕ ਤੁਹਾਡੇ ਰਿਸਕ ਬਸ ਇੱਜ਼ਤ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਓਕੇ ਅੱਲਾ ਹਾਫਿਜ਼ ਕੱਲ ਦੀ ਵੀਡੀਓ ਫਿਰ ਮਿਲਾਂਗੇ